ਕਰੋਨਾ ਦੀ ਮਾਰ ਚੱਲ ਰਹੇ ਵਿਆਹ ਪੈਲਸ ਟੈਂਟ ਹਾਊਸ ਡੀਜੇ ਲਾਈਟਿੰਗ ਅਤੇ ਫੋਟੋਗ੍ਰਾਫਰ ਯੂਨੀਅਨ ਨੇ ਅੱਜ ਗੁਰਦਾਸਪੁਰ ਵਿੱਚ ਇਕੱਠੇ ਹੋ ਕੇ ਰੋਸ ਮਾਰਚ ਕੱਢਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਹੈ। ਉਹਨਾਂ ਦਾ ਕਹਿਣਾ ਸੀ ਜੇ ਲੋਕਡਾਊਨ ਵਿੱਚ ਸਾਰੇ ਵਰਗਾਂ ਨੂੰ ਕੰਮ ਕਰਨ ਲਈ ਰਿਆਇਤ ਦਿੱਤੀ ਗਈ ਹੈ ਤਾਂ ਵਿਆਹ ਪੈਲਸ ਨੂੰ ਵੀ ਜੋ ਰਿਆਇਤ ਦਿੱਤੀ ਗਈ ਉਸ ਵਿੱਚ ਵਾਧਾ ਕੀਤਾ ਜਾਵੇ, ਕਿਉਂਕਿ ਦਿੱਤੀ ਗਈ ਰਿਆਇਤਾਂ ਵੱਲੋਂ ਉਹਨਾਂ ਨੂੰ ਕਾਫੀ ਆਰਥਿਕ ਨੁਕਸਾਨ ਹੋਇਆ ਹੈ ਅਤੇ ਨਾਲ ਹੀ ਇਹ ਨੁਕਸਾਨ ਟੈਂਟ ਹਾਊਸ ਡੀਜੇ ਲਾਈਟਿੰਗ ਅਤੇ ਫੋਟੋਗ੍ਰਾਫਰਾਂ ਨੂੰ ਵੀ ਚੁੱਕਣਾ ਪੈ ਰਿਹਾ ਹੈ, ਕਿਉਂਕਿ ਵਿਆਹ ਸਮਾਗਮਾਂ ਦੇ ਇਸ ਕੰਮ ਵੱਲੋਂ ਕਈ ਲੋਕਾਂ ਦੇ ਕੰਮ ਜੁੜੇ ਹੋਏ ਹਨ ਜਿਸਦੇ ਨਾਲ ਲੋਕਾਂ ਦੇ ਘਰ ਚੱਲਦੇ ਹਨ। ਉਹਨਾਂ ਦਾ ਕਹਿਣਾ ਸੀ ਜੇ ਸਰਕਾਰ ਉਹਨਾਂ ਨੂੰ ਦਿੱਤੀ ਗਈ ਰਿਆਇਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਤਾਂ ਆਪਣੇ ਕਾਰੋਬਾਰਾਂ ਨੂੰ ਤਾਲੇ ਲਗਾ ਕੇ ਚਾਬੀਆਂ ਸਰਕਾਰ ਨੂੰ ਸੌਂਪ ਦੇਣਗੇ। ਅਸੀਂ ਵੀ ਸਭ ਨੂੰ ਮੰਗ ਪੱਤਰ ਆਨਲਾਈਨ ਦੇ ਕੇ ਆਏ ਹਾਂ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਮੈਂ ਇਹ ਜਿਹੜਾ ਤੁਹਾਡੇ ਕੋਲ ਜਿਹੜਾ ਹੈਗਾ ਜਿਹੜੀ ਸਾਡੀ ਬੇਨਤੀ ਹੈ ਉਹ ਜਿਹੜੀ ਮੈਂ ਜਲਦੀ ਤੋਂ ਜਲਦੀ ਮੁੱਖ ਮੰਤਰੀ ਸਾਹਿਬ ਨਾਲ ਕਰਕੇ ਅਤੇ ਇਹ ਤੁਹਾਨੂੰ ਕੁਛ ਨਾ ਕੁਛ ਤਾਂ ਰਿਆਇਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ। ਜੇਕਰ ਆਉਣ ਵਾਲੇ ਸਮੇਂ 'ਚ ਨਹੀਂ ਕੁਛ ਹਾਲਾਤ ਦੇਖੋ, ਫਿਰ ਤਾਂ ਅਸੀਂ ਆਪਣੇ ਜਿਹੜੇ ਮੈਰਿਜ ਪੈਲਸ ਨੇ ਜਾਂ ਟੈਂਟਾਂ ਵਾਲਿਆਂ ਦੇ ਜਿੰਨੇ ਵੀ ਆਪਣੇ ਕਾਰੋਬਾਰ ਦੁਕਾਨਾਂ ਨੇ ਉਹਨਾਂ ਦੇ ਤਾਲੇ ਮਾਰ ਕੇ ਚਾਬੀਆਂ ਸਰਕਾਰ ਨੂੰ ਦੇ ਦੇਵਾਂਗੇ। ਇਸ ਕਰੋਨਾ ਦੀ ਮਹਾਂਮਾਰੀ ਦੌਰਾਨ 6 ਮਹੀਨੇ ਤੋਂ ਸਾਡੀ ਟੈਂਟ ਲਾਈਨ, ਪੈਲਸ ਲਾਈਨ, ਫੋਟੋਗ੍ਰਾਫਰ ਜਿੰਨੇ ਵੀ ਨਾਲ ਸੰਬੰਧਿਤ ਹੈ, ਡੀਜੇ ਵਾਲੇ ਹੋ ਗਏ, ਵੇਟਰ ਹੋ ਗਏ, ਕੈਟਰ ਹੋ ਗਏ, ਲਾਈਟ ਵਾਲੇ ਹੋ ਗਏ, ਸਾਊਂਡ ਵਾਲੇ ਹੋ ਗਏ, ਸਾਰੇ ਇੰਨਾ ਸਫ਼ਰ ਕਰ ਰਹੇ ਆ ਵੀ ਭੁੱਖਮਰੀ ਦੀ ਤਾਦਾਦ 'ਤੇ ਹੋ ਗਏ ਆ। ਜੇ ਕਹਿਣ ਦਾ ਮਤਲਬ ਕਰੋਨਾ ਨਾਲ ਤਾਂ ਭਾਵੇਂ ਨਾ ਮਰਨ ਪਰ ਭੁੱਖ ਨਾਲ ਜ਼ਰੂਰ ਮਰ ਜਾਣਗੇ। ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਨ ਆਇਆ ਵੀ ਸਾਨੂੰ 30 ਬੰਦਿਆਂ ਦੇ ਬਜਾਏ 100 ਬੰਦਿਆਂ ਦਾ ਅਤੇ ਸੈਂਟਰ ਗੌਰਮੈਂਟ ਨੇ ਖੋਲ੍ਹਿਆ ਵਾ ਅਤੇ ਸਰਕਾਰ ਵੀ ਥੋੜ੍ਹੀ ਜਿਹੀ ਰਿਆਇਤ ਕਰਕੇ ਸਾਨੂੰ 300 ਬੰਦੇ ਦੀ ਪਰਮਿਸ਼ਨ ਦੇ ਦੇ ਅਤੇ ਅਸੀਂ ਸਰਕਾਰ ਦੀਆਂ ਹਦਾਇਤਾਂ ਦਾ ਪੂਰਾ ਪਾਲਣ ਕਰਦੇ ਹੋਏ ਅਸੀਂ ਪੂਰਾ ਡਿਸਟੈਂਸ ਰੱਖਾਂਗੇ, ਜੋ ਵੀ ਮਾਸਕ ਵਗੈਰਾ ਪਾ ਕੇ, ਸੈਨੇਟਾਈਜ਼ਰ ਲਾ ਕੇ, ਡਿਸਟੈਂਸ ਬਣਾ ਕੇ, ਜਿੱਦਾਂ ਵੀ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ ਅਸੀਂ ਪੂਰਾ ਪਾਲਣ ਕਰਦੇ ਹੋਏ ਅਸੀਂ ਆਪਣੇ ਕਾਰੋਬਾਰ ਚਲਾਉਣਾ ਚਾਹੁੰਦੇ ਹਾਂ ਅਤੇ ਅਸੀਂ ਸਰਕਾਰ ਤੋਂ ਇਹ ਬੇਨਤੀ ਕਰਦੇ ਵੀ ਅਸੀਂ ਲੱਖਾਂ ਰੁਪਏ ਕਰਜ਼ਾ ਲਏ ਨੇ, ਸਾਡੇ ਸਮਾਨ ਅੰਦਰ ਜੇ ਹੈ ਉਹ ਖਰਾਬ ਹੋ ਰਹੇ ਨੇ, ਗਰ ਰਹੇ ਨੇ ਅਤੇ ਸਾਡੀ ਲੇਬਰ ਜਿਹੜੀ ਹੈ ਸਾਰੀ ਬੜੀ ਤੰਗ ਹੈ ਅਤੇ ਸਾਨੂੰ ਕੰਮ ਕਰਨ ਦੀ ਪਰਮਿਸ਼ਨ। ਕਿਹਾ ਗਿਆ ਕਿ ਪੈਲਸ ਬੜੇ ਵੱਡੇ ਵੱਡੇ ਨੇ, ਲੇਕਿਨ ਕਿਆ ਉਹਨਾਂ ਨੂੰ ਆਸਾਨ ਹੋਏਗਾ ਸੈਨੇਟਾਈਜ਼ ਕਰਨਾ? ਹਾਂ ਬਿਲਕੁਲ, ਅਸੀਂ ਥਾਂ ਥਾਂ ਸੈਨੇਟਾਈਜ਼ਰ ਲਾ ਦਿਆਂਗੇ ਅਤੇ ਥਾਂ ਥਾਂ ਅਸੀਂ ਇੱਕ ਦੀ ਜਗ੍ਹਾ 100 ਸੈਨੇਟਾਈਜ਼ਰ ਰੱਖ ਦਿਆਂਗੇ ਅਤੇ ਡਿਸਟੈਂਸ 'ਤੇ ਅਸੀਂ ਕੁਰਸੀਆਂ ਲਾ ਦਿਆਂਗੇ, ਵੇਟਰ ਥੋੜ੍ਹੇ ਵੱਧ ਵਧਾ ਦਿਆਂਗੇ, ਸਿਟਿੰਗ ਸਰਵਿਸ ਦੇ ਦਿਆਂਗੇ। ਅਸੀਂ ਜੋ ਵੀ ਹੋ ਸਕਦਾ ਵੀ ਇਹ ਕਰੋਨਾ ਮਹਾਂਮਾਰੀ ਸਾਡੇ ਸਾਰਿਆਂ ਲਈ ਨੁਕਸਾਨਦੇਹ ਹੈ, ਅਸੀਂ ਉਹਦਾ ਪੂਰਾ ਪਾਲਣ ਕਰਦੇ ਹੋਏ ਅਸੀਂ ਪੂਰੀ ਤਰੀਕੇ ਨਾਲ ਅਸੀਂ ਜਿਹੜਾ ਵਾ ਉਹ ਅੱਛੇ ਤਰੀਕੇ ਨਾਲ ਕਾਰੋਬਾਰ ਚਲਾਵਾਂਗੇ, ਜਿਹਦੇ ਨਾਲ ਸਾਡੇ ਕਾਰੋਬਾਰ ਵੱਲੋਂ ਕਿਸੇ ਲੋਕਾਂ ਨੂੰ ਜਾਂ ਕਿਸੇ ਆਮ ਪਬਲਿਕ ਨੂੰ ਸੁਵਿਧਾ ਮਿਲੇ, ਨਾ ਕਿ ਸਾਡੇ ਤੋਂ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਵੇ। ਮੈਂ ਜਿੰਨੀਆਂ ਵੀ ਮੈਰਿਜ ਨਾਲ ਰਿਲੇਟਡ ਐਸੋਸੀਏਸ਼ਨ ਇਕੱਠੀਆਂ ਹੋਈਆਂ ਨਾ ਉਹਨਾਂ ਨਾਲ ਇੱਕ ਜਿਹੜੀ ਹੈ DC ਸਾਹਿਬ ਨੂੰ ਸੁਝਾਅ ਦੇਣਾ ਚਾਹੁੰਦਾ ਵਾਂ ਕਿ ਜੇ ਸਾਡੀਆਂ ਮੰਗਾਂ 'ਤੇ ਸੁਣਵਾਈ ਨਹੀਂ ਹੋ ਸਕਦੀ ਜਾਂ ਸਾਡੇ ਬਾਰੇ ਵਿਚਾਰ ਨਹੀਂ ਕੀਤਾ ਜਾ ਸਕਦਾ ਤਾਂ ਕੁਛ ਬੈਂਕਟ ਹਾਲ ਜਿਹੜੇ ਪੋਲੀਟੀਕਲ ਆਪਣੇ ਰਿਲੇਸ਼ਨਾਂ ਦੇ ਨਾਲ ਅੱਜ ਦੀ ਡੇਟ ਦੇ ਵਿੱਚ ਵੀ 100-100 ਡੇਢ-ਡੇਢ 100 ਬੰਦਿਆਂ ਦੇ ਫੰਕਸ਼ਨ ਕਰ ਰਹੇ ਨੇ, ਉਹਨਾਂ 'ਤੇ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ? ਜੇ ਪੈਲਸਾਂ ਨੂੰ 30 ਬੰਦਿਆਂ ਦੀ ਪਰਮਿਸ਼ਨ ਹੈ ਤਾਂ ਉਹਨਾਂ ਬੈਂਕਟ ਹਾਲਾਂ ਨੂੰ ਕਿਹੜੇ ਕਰਕੇ ਜਿਹੜੀ ਹੈ 100-150 ਬੰਦਿਆਂ ਦੀ ਇੱਕ ਪਰਮਿਸ਼ਨ ਦਿੱਤੀ ਜਾ ਰਹੀ ਹੈ ਔਰ ਉਹ ਜਿਹੜੇ ਪੈਕੇਜ ਜਿਹੜਾ ਕਰ ਰਹੇ ਆ ਜਦੋਂ ਦਾ ਲਾਕਡਾਊਨ ਲੱਗਿਆ ਵੈ? ਅੱਜ ਦੀ ਡੇਟ 'ਚ ਵੀ ਸਭ ਨੂੰ ਪਤਾ ਹੈ ਕਿ ਸ਼ਹਿਰਾਂ ਦੇ ਵਿੱਚ ਫੰਕਸ਼ਨ ਹੋ ਰਹੇ ਆ ਔਰ ਕੌਣ ਕਰ ਰਹੇ ਆ, ਉੱਥੇ ਐਡਮਿਨਿਸਟ੍ਰੇਸ਼ਨ ਦਾ ਕੋਈ ਜ਼ੋਰ ਨਹੀਂ ਚੱਲ ਰਿਹਾ, ਪਰ ਜਿਹੜੇ ਮੈਰਿਜ ਪੈਲਸ ਜਾਂ ਹੋਰ ਜਿਹੜੀ ਸੰਸਥਾਵਾਂ ਹੈਗੀਆਂ ਉਹਨਾਂ 'ਤੇ ਪੂਰਾ ਪ੍ਰੈਸ਼ਰ ਹੈ ਕਿ ਜਿਸ ਬੰਦੇ ਕੋਲ 1,000 ਜਾਂ 500 ਬੰਦੇ ਦੀ ਗੈਦਰਿੰਗ ਕਰਨ ਦੀ ਕਪੈਸਿਟੀ ਹੈ ਉਹਨੂੰ 100-200 ਬੰਦੇ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ, ਪਰ ਜਿਹਦੇ ਕੋਲ ਔਲਰੇਡੀ 100-150 ਬੰਦੇ ਦੀ ਪਰਮਿਸ਼ਨ ਹੈ ਉਹ 100-150 ਬੰਦੇ ਦਾ ਹੀ ਆਪਣੇ ਹਾਲ ਦੇ ਵਿੱਚ ਪ੍ਰੋਗਰਾਮ ਕਰ ਰਿਹਾ ਵੈ। ਜੇ ਤਾਂ ਸਖਤ ਕਾਰਵਾਈ ਕਰਨੀ ਹੈ ਅਤੇ ਸਾਰਿਆਂ 'ਤੇ ਸਖਤ ਕਾਰਵਾਈ ਕੀਤੀ ਜਾਏ, ਸਾਰਿਆਂ ਨੂੰ ਜਿਹੜੀ ਹੈ ਉਹਦੇ 'ਤੇ ਡਰ ਹੋਣਾ ਚਾਹੀਦਾ ਕਿ ਅਸੀਂ ਇਸ ਤਰ੍ਹਾਂ ਦਾ ਫੰਕਸ਼ਨ ਕੋਈ ਨਹੀਂ ਫੜਨਾ। ਪਰ ਇਕੱਲੇ ਜਿਹੜੇ ਹੈ ਇਹ ਐਸੋਸੀਏਸ਼ਨ ਇਹੀ ਲੋਕ ਜਿਹੜੇ ਹੈ ਇਹੀ ਮਰ ਰਹੇ ਆ, ਉਹ ਇੱਕ ਸਰਮਾਏਦਾਰ ਬੰਦੇ ਆ, ਪੋਲੀਟੀਕਲ ਬੰਦੇ ਆ, ਉਹ ਆਪਣੇ ਕੰਮ ਕਰ ਰਹੇ ਆ, ਉਹ ਅੱਜ ਦੀ ਡੇਟ 'ਚ ਵੀ ਕੰਮ ਪੈਸਾ ਕਮਾ ਰਹੇ ਆ, ਉਹ ਠੋਕ ਕੇ ਕਮਾ ਰਹੇ ਪੈਕੇਜ ਦੇ ਕੇ, ਪਰ ਅਸੀਂ ਘਰ ਬੈਠੇ ਹਾਂ, ਸਾਨੂੰ ਕੋਈ ਜਿਹੜੀਆਂ ਫੈਸਿਲਿਟੀਆਂ ਨਹੀਂ ਦਿੱਤੀਆਂ ਜਾ ਰਹੀਆਂ, 6 ਮਹੀਨੇ ਹੋ ਗਏ ਸਾਨੂੰ ਜਿਹੜਾ ਵਾ ਆਪਣੇ ਆਪ ਜਿਹੜਾ ਗੁਜ਼ਾਰਾ ਕਰਦੇ ਹੋਏ। ਔਰ ਅਗਲਾ ਜਿਹੜਾ ਟਾਈਮ ਆਉਣ ਵਾਲਾ ਵੈ 1 ਅਕਤੂਬਰ 2 ਨਵੰਬਰ 2 ਦਸੰਬਰ, ਇਹ ਵਿਆਹਾਂ ਦਾ ਸੀਜ਼ਨ ਹੁੰਦਾ ਵੈ। ਜੇ ਸਰਕਾਰ ਚਾਹੁੰਦੀ ਹੈ ਕਿ ਆਤਮ ਨਿਰਭਰ ਜਿਹੜਾ ਵੈ ਬੰਦਾ ਬਣਿਆ ਰਹੇ, ਉਹ ਤਾਂ ਹੀ ਬਣ ਸਕਦਾ ਹੈ। ਸਾਡੇ ਜਿੰਨੇ ਵੀ ਅਦਾਰੇ ਹੈ ਤੁਸੀਂ ਉਹਨੂੰ ਸਰਚ ਕਰ ਸਕਦੇ ਹੋ ਕਿ ਸਾਰੇ ਦੇ ਸਾਰੇ ਬੰਦੇ ਆਪਣਾ ਜਿਹੜਾ ਕੰਮ ਕਰ ਰਹੇ ਆ ਉਹ ਕਿੰਨੇ ਕਿੰਨੇ ਪਰਿਵਾਰ ਪਾਲ ਰਹੇ ਆ, ਇਹ ਸਾਰੇ ਹੀ ਆਤਮ ਨਿਰਭਰ ਨੇ ਔਰ ਇਹ ਆਤਮ ਨਿਰਭਰਤਾ ਨੂੰ ਜੇ ਖਤਮ ਕੀਤਾ ਜਾ ਰਿਹਾ ਵੈ, ਇੱਕ
ਸਰਮਾਏਦਾਰਾਂ ਦੇ ਥੱਲੇ ਲੱਗ ਕੇ। ਸਾਡੀ ਮੰਗ ਇਹੀ ਹੈ ਵੀ ਜਿਸ ਤਰ੍ਹਾਂ ਜੇ ਉਹਨਾਂ ਨੂੰ ਪਰਮਿਸ਼ਨ ਹੈ, ਅੱਜ ਦੀ ਡੇਟ 'ਚ ਉਹ ਵੀ ਕੰਮ ਕਰ ਰਹੇ 100-150 ਬੰਦਿਆਂ ਦੀ, ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਮੈਰਿਜ ਪੈਲਸ ਆ ਉਹਨਾਂ ਦੀ ਕਪੈਸਿਟੀ ਦੇ ਅਨੁਸਾਰ 100, 200, 250, 300 ਦੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਪਰਮਿਸ਼ਨ ਦਿੱਤੀਆਂ ਜਾਣ। ਉਹਨਾਂ ਕੋਲ ਕਾਫੀ ਸਪੇਸ ਹੈ, ਕਾਫੀ ਜਗ੍ਹਾ, ਉਹ ਸਾਰੇ ਅਰੇਂਜਮੈਂਟ ਕਰ ਸਕਦੇ ਨੇ, ਪਰ ਸਿਰਫ ਇੱਕ ਲਿਮਿਟਡ ਬੰਦਿਆਂ ਨੂੰ ਜਿਹੜੀ ਹੈ ਨਾ ਦਿੱਤਾ ਜਾਏ। ਫਿਰ ਅਸੀਂ ਜਿਹੜਾ ਵਾ ਸਰਕਾਰੀ ਕੰਮਾਂ ਦਾ ਬਿਲਕੁਲ ਬਾਈਕਾਟ ਕਰਾਂਗੇ। ਕਿਸੇ ਤਰ੍ਹਾਂ ਦੀ ਸਰਕਾਰੀ ਕੋਈ ਮੀਟਿੰਗ ਕੁਛ ਵੀ ਹੁੰਦਾ, ਕੋਈ ਫੋਟੋਗ੍ਰਾਫਰ, ਕੋਈ ਖਾਣਾ ਦੀ ਪ੍ਰੋਵਾਈਡ, ਕਿਸੇ ਤਰ੍ਹਾਂ ਦੀ ਟੈਂਟ ਦੀ ਕੋਈ ਸਰਵਿਸ ਉਹਨਾਂ ਨੂੰ ਨਹੀਂ ਦਿੱਤੀ ਜਾਏਗੀ, ਉਹ ਆਪਣੀ ਮੀਟਿੰਗ ਆਪਣੇ ਕੰਮ ਖੁਦ ਹੀ ਕਰਨ। ਪ੍ਰਾਈਮ ਮੁਦਲੀ ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ।